ਉੱਡਦੀ ਤਿਤਲੀ ਇੱਕ ਬਹੁਤ ਹੀ ਰਚਨਾਤਮਕ ਖਿਡੌਣਾ ਹੈ। ਇਸ ਨੂੰ ਬਣਾਉਣ ਲਈ ਸਾਨੂੰ 2 9 cm x 7 cm ਦੇ ਗੱਤੇ, ਧਾਗਾ ਅਤੇ ਇੱਕ ਸਕੈਚ ਪੈਨ ਦੀ ਲੋੜ ਪਏਗੀ। ਦੋਹਾਂ ਗੱਤਿਆਂ ਨੂੰ ਵਿੱਚੋਂ ਅੱਧਾ ਅੱਧਾ ਕੱਟ ਦਿਓ ਅਤੇ ਇਹਨਾਂ ਨੂੰ ਇਸ ਤਰ੍ਹਾਂ ਜੋੜੋ ਜਿਵੇਂ ਤਿਤਲੀ ਦੇ ਪਰ ਹੋਣ। ਹੁਣ ਅੱਧੀ ਤਿਤਲੀ ਗੱਤੇ ਦੇ ਉੱਤੇ ਸਕੈਚ ਪੈਨ ਨਾਲ ਖਿੱਚੋ ਅਤੇ ਉਸ ਨੂੰ ਕੈਂਚੀ ਨਾਲ ਕੱਟ ਦਿਓ। ਗੱਤੇ ਨੂੰ ਮੁੱਦਾ ਮਾਰ ਕੇ ਉਸ ਦੇ ਪਿਛਲੇ ਪਾਸੇ ਨੂੰ ਟੇਪ ਨਾਲ ਇਸ ਤਰ੍ਹਾਂ ਜੋੜੋ ਕਿ ਇੱਕ ਦੂਜੇ ਤੋਂ ਵੱਖ ਨਾ ਹੋ ਸਕਣ। ਨਾਲੇ ਗੱਤੇ 'ਤੇ ਪੇਂਟ ਕਰਨਾ ਨਾ ਭੁੱਲਿਓ। ਇਸ ਤੋਂ ਬਾਅਦ ਗੱਤੇ 'ਤੇ 4 ਮੋਰੀਆਂ ਕਰੋ, 2 ਖੱਬੇ ਬੰਨੇ ਅਤੇ 2 ਸੱਜੇ ਬੰਨੇ। ਇਹਨਾਂ ਮੋਰੀਆਂ ਤੋਂ ਧਾਗੇ ਕੱਢ ਕੇ ਟੇਪ ਲਾ ਦਿਓ। ਹੁਣ ਤਿਤਲੀ ਨੂੰ ਖੜ੍ਹਾ ਕਰਕੇ ਦੋਵੇਂ ਹੱਥਾਂ ਨਾਲ ਧਾਗੇ ਨੂੰ ਫੜੋ। ਦੋਵੇਂ ਧਾਗਿਆਂ ਨੂੰ ਖਿੱਚਣ ਅਤੇ ਛੱਡਣ ਨਾਲ ਹੀ ਉੱਡਦੀ ਤਿਤਲੀ ਨਜ਼ਰ ਆਏਗੀ। ਇਹ ਵਧੀਆ ਖਿਡੌਣੇ ਬਣਾਉਣ ਦਾ ਬਹੁਤ ਹੀ ਆਸਾਨ ਤਰੀਕਾ ਹੈ।